ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ। ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਪ੍ਰਤੀ ਲੋਕਾਂ ਨੂੰ ਸਮੇਂ-ਸਮੇਂ 'ਤੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਸਵੈ ਸੁਰੱਖਿਆ ਲਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਜਾਂਦਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾਂਦੇ ਨੇ। ਇਸੇ ਦੇ ਚੱਲਦੇ ਅੱਜ ਰਾਜਪੁਰਾ ਦੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਮਹਿੰਗਾ ਸਿੰਘ ਨੇ ਆਪਣੀ ਟੀਮ ਦੇ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ। ਇਸ ਮੌਕੇ ਗੱਲ ਕਰਦਿਆਂ ਟ੍ਰੈਫਿਕ ਪੁਲਿਸ ਦੇ ਇੰਚਾਰਜ ਮਹਿੰਗਾ ਸਿੰਘ ਨੇ ਕਿਹਾ ਕਿ ਚਲਾਨ ਕੱਟਦੇ ਅਸੀਂ 5 ਚਲਾਨ ਕੱਟੇ ਨੇ ਜੀ। ਅਫਸਰ ਦੇ 12 ਦੇ ਹੁਕਮ ਅਨੁਸਾਰ ਕਾਲੀ ਫਿਲਮਾਂ ਦੇ ਇਹਨਾਂ ਗੱਡੀਆਂ ਕਾਲੀ ਫਿਲਮਾਂ ਲੱਗੀਆਂ ਹੋਈਆਂ, ਚਾਲੀ ਲੱਗੀਆਂ ਹੋਈਆਂ, ਉਸ ਗੱਡੀ ਦੇ ਚਲਾਨ ਕੱਟੇ ਨੇ ਜਾਂ ਕਿਸੇ ਵਹੀਕਲ ਕੋਲ ਕਿਸੇ ਮੋਟਰਸਾਈਕਲ ਜਾਂ ਆਰ ਸੀ ਹੈਗੀ ਡਾਕੂਮੈਂਟਸ ਚਲਾਨ ਕੱਟੇ ਹੈਗੇ ਨੇ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਵੀ ਕੀਤਾ ਕਿ ਤੁਸੀਂ ਤੁਹਾਡੇ ਕੋਲ ਕਾਗਜ਼ ਪੱਤਰ ਪੂਰੇ ਹੋਣ ਚਾਹੀਦੇ, ਇਹ ਲਗਾਤਾਰ ਐਵੇਂ ਚੱਲੂਗਾ। ਰਾਜਪੁਰਾ ਤੋਂ ਦਿਨੇਸ਼ ਸਚਦੇਵਾ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।